मैं नहीं रहना इतनी ना मैं नहीं देख के मैं पहना नहीं देख के मैं बढ़िया जे मानती है ठीक कुड़ी बढ़िया चलते बढ़िया बस होगी मैं कोई तंगी ना दूँ तरन तारण के पिंड जोधपुर तो एक खबर सामने आई है जिथे के लाड़ा सने बरातियां नूं थाने जाना पिया लाड़ा सज धज के लाड़ी नूं ब्याहण दे लई बरात लेके पहुंचिया सी पर लावां तो बिल्कुल पहला ही लाड़ी ने ब्याह करवाउण तो इनकार कर दिता लड़की वाले का इल्जाम है कि उन्होंने धोखे विच रखा गया जदों वह लड़के नूं देखण गए सी तां लड़का बैठा सी पर जदों सगन पाउण गए तां उस समय भी लड़का बैठा सी पर जदों अज वह बरात लैके आया तां वह लंघ मार रहा सी ते इह सब देख के कुड़ी ते उसदे प्यो नूं चक्कर आ गया ते ज्यादा लंघांदा ते कल तेरा सगन है कल वेख्या नहीं तू मुंडा ना मैं नहीं वेख्या परिवार वाला नहीं वेख्या ते अज तेरी लावा तो बैठा रहा इन्हां दे कोल वेख्या नूं अज तेरी लावा होईयां लावा इहदियां ਮੈਂ ਨਹੀਂ ਰਹਿਣਾ ਇੱਥੇ ਨਾ ਮੈਂ ਨਹੀਂ ਵੇਖਿਆ ਮੈਂ ਭੈਣਾਂ ਨੇ ਵੇਖਿਆ ਮੈਨੂੰ ਕੋਈ ਦਵਾਈ ਨਹੀਂ ਦਵਾਈ ਮੇਰੀ ਲੜਕੀ ਗੁੰਮ ਹੋਈ ਹੈ ਮੈਨੂੰ ਦੇ ਆ ਕੇ ਹੱਥ ਸਾਥ ਸੁੱਟ ਕੇ ਨਹੀਂ ਰੱਖ ਸਾਰੇ ਡਾਕਟਰ ਆਇਆ ਨਹੀਂ ਕੀਤਾ ਮੈਂ ਜਾ ਕੇ ਪਿੰਡ ਗੋਦਰਾ ਲਵਾਉਣੀਆਂ ਨੇ ਖਾਸ ਤਾਂ ਕਹੀਂ ਵੀ ਨਹੀਂ ਵੇਖਿਆ ਮੁੰਡਾ ਕਿਹੋ ਜਿਹਾ ਸੀ ਨਾ ਮੇਰੀ ਸਰਕਾਰ ਨੇ ਸੁਣੀ ਇੱਥੇ ਨਾ ਡਾਕਟਰਾਂ ਸੁਣੀ ਹੈ ਕੀ ਇਹਦੇ ਡਾਕਟਰ ਰਿਪੋਰਟਾਂ ਕਰਕੇ ਮੇਰੀ ਗੁੱਡੀ ਨੂੰ ਅੱਛਾ ਚਕਾਤਾ ਮੁਲਾਜ਼ਮਾਂ ਨੇ ਮੈਂ ਮੇਰੇ ਨਾਲ 400 ਕੇਸ ਕਰਤਾ ਜਿਹੜਾ 400 ਵੀ ਖੇਡੀ ਮੇਰੇ ਨਾਲ ਬਹੁਤ ਧੋਖਾ ਕਰਤਾ ਜੇ ਮੇਰੀ ਮੁੰਡੇ ਨੇ ਵੇਖਿਆ ਭਰਾ ਦੇ ਨੇ ਉਹਨੇ ਨਹੀਂ ਵੇਖਿਆ ਇੱਕ ਨਹੀਂ ਵੇਖਿਆ ਇੱਕ ਨਹੀਂ ਵੇਖਿਆ ਜੇ ਚੰਗੇ ਨਾਲ ਸਗਨ ਲਾਉਣ ਗਿਆ ਸੀ ਉਹ ਮੁੰਡਾ ਬੈਠਾ ਰਿਹਾ ਅੱਜ ਕੱਲ੍ਹ ਨਾ ਤੁਰ ਕੇ ਨਾ ਉਹਨੇ ਬੋਲਿਆ ਨਾ ਉਹ ਤੁਹਾਡੇ ਨਾਲ ਤੁਰ ਕੇ ਕਿਤੇ ਗਿਆ ਹੋਇਆ ਮੈਂ ਨਹੀਂ ਕਿ ਤੁਰ ਕੇ ਉੱਥੇ ਬੈਠਾ ਰਿਹਾ ਅੱਜ ਉਸ ਲਾਵਾਂ ਹੁੰਦੀਆਂ ਸੀ ਲਾਵਾਂ ਕਰਾਉਣ ਲੱਗੇ ਤੇ ਦੂਜਾ ਮੁੰਡੇ ਜੋ ਤੁਰਿਆ ਉਹਨੂੰ ਫੜ ਕੇ ਪੌੜੀਆਂ ਚੜਾਇਆ ਗੁਰਦੁਆਰੇ ਦੀਆਂ ਤੇ ਇਸੇ ਕਰਕੇ ਮੁੰਡੇ ਜਿਹਨੇ ਆਖਿਆ ਉਹਨਾਂ ਮੈਂ ਰਿਸ਼ਤਾ ਨਹੀਂ ਹੋਣ ਦੇਣਾ ਕਿ ਮੇਰੀ ਭੈਣ ਨੇ ਡੁੱਬਣ ਲਈ ਕਿ ਕਾਰਨ ਕੀ ਮੁੰਡੇ ਕੀ ਲੱਤਾਂ ਸਾਡੀ ਕਿਹਾ ਸੀ ਇਹ ਮੁੰਡਾ ਕੀ ਸਾਨੂੰ ਧੋਖਾ ਹੋਇਆ ਜੀ ਕਿਹਨੇ ਕੀਤਾ ਵਿਚੋਲੇ ਨੇ ਕਿਤੇ ਹੋਰ ਕਿਹਨੇ ਵਿਚੋਲੇ ਨੇ ਵੀ ਕੀਤਾ ਹੈ ਉਹਨਾਂ ਕੋਲ ਕੁੜੀ ਆ ਮੁੰਡੇ ਵਾਲੇ ਘਰ ਨੇ ਵੀ ਕੀਤਾ ਚੋਣ ਤੇ ਕੁੜੀ ਦੀ ਲਾਵਾਂ ਹੋ ਗਈ ਕਿ ਨਹੀਂ ਅੱਜ ਨਹੀਂ ਲਾਵਾਂ ਨਹੀਂ ਹੋਈਆਂ ਫਿਰ ਹੁਣ ਕੀ ਆ ਉਹ ਤੋਂ ਬਾਅਦ ਕੁੜੀ ਨੂੰ ਕੀ ਆ ਕੁੜੀ ਬਿਹੋਸ਼ ਹੋ ਕੇ ਡੇ ਪੀ ਨਾਲ ਹੀ ਮੇਰਾ ਤਾਇਆ ਹੀ ਡਿੱਗ ਪਿਆ ਥੱਲੇ ਅੱਛਾ ਜੀ ਹਾਂਜੀ ਕਿਉਂਕਿ ਲਾਵਾਂ ਜਿੰਨਾ ਹੋਈਆਂ ਨਹੀਂ ਤੇ ਕੁੜੀ ਬਿਹੋਸ਼ ਹੋ ਗਈ ਮੇਰੇ ਨਾਲ ਕੀ ਬਣਦਿਆ ਕੀ ਨਹੀਂ ਬਣਦਿਆ ਕੀਤਾ ਉਹ ਵੀ ਡਿੱਗ ਪੀ ਬਿਹੋਸ਼ ਹੋ ਗਏ ਹਸਪਤਾਲ ਲੈ ਗਿਆ ਸੀ ਹਸਪਤਾਲਾਂ ਚੋ ਕੇ ਮੁੰਡੇ ਵਾਲੇ ਤੇ ਜ਼ਬਰਦਸਤੀ ਲੈ ਗਏ ਇੱਥੋਂ पर मुंडे वालियां दा कहना है कि उन्होंने कुड़ी वालियां नूं ब्याह तों पहला सब कुछ दस दिता सी तुसी भी देखो हंगामे दीआं इह तस्वीरां अज साडी मैं पहला वधिया तैयार हो के गए साडा ठाका लगा सी वधिया वेख बखाली वधिया होई उह आए है ना ते असीं उत्थे गए ਅਤੇ ਲਾਵਾਂ ਫਿਰ ਪੜ੍ਹੀ ਬਾਬੇ ਨੇ ਪਹਿਲੀ ਲਾਵਾਂ ਪੜ੍ਹੀ ਸੀ ਠਾਉਣ ਲੱਗੇ ਤੇ ਕੁੜੀ ਆਉਂਦੇ ਮੁੰਡੇ ਕਹਿੰਦੇ ਨਹੀਂ ਕਰਦੇ ਨੇ ਲਾਵਾਂ ਫਿਰ ਅਤੇ ਮੁੰਡੇ ਆਉਂਦੇ ਨਹੀਂ ਕਰਦੇ ਨੇ ਲਾਵਾਂ ਕਿਹੜੀ ਵਜ੍ਹਾ ਨਹੀਂ ਕਰ ਦਿੱਤੀਆਂ ਲਾਵਾਂ ਤੁਹਾਡੀਆਂ ਇਹ ਕਹਿੰਦੇ ਕੋਈ ਚੌਂਕ ਨਹੀਂ ਮੈਂ ਸਾਰਾ ਕੁਝ ਵਧੀਆ ਹੋਇਆ ਸੀ ਹਾਂਜੀ ਹੁਣ ਤੁਹਾਡੀ ਕੀ ਮੰਗਿਆ ਮੇਰੀ ਮੰਗਿਆ ਕੁੜੀ ਚੱਲ ਜੇ ਵਧੀਆ ਜੇ ਮੰਨਦੀ ਹੈ ਠੀਕ ਕੁੜੀ ਵਧੀਆ ਚਲਦੇ ਵਧੀਆ ਬਸ ਹੋਗੀ ਮੈਂ ਕੋਈ ਤੰਗੀ ਨਾ ਦਊਂ ਜਾਇਦਾਦਾਂ ਤੱਕ ਘੁੰਮੀਆਂ ਉਹਨਾਂ ਨੇ ਕਾਗਜ਼ਾਂ ਤੱਕ ਚੈੱਕ ਕਰਕੇ ਫਿਰ ਵਿਆਹ ਕਰਾਉਣ ਲੱਗੇ ਜਿਸਟ ਦੀਆਂ ਇੰਨਾ ਚੈੱਕ ਕੀਤੀਆਂ ਬੁਲਟਾਂ ਦੇ ਕਾਗਜ਼ ਗੱਡੀਆਂ ਦੇ ਕਾਗਜ਼ ਚੈੱਕ ਕੀਤੇ ਇੰਨਾ ਕੋਈ ਪਾਬੰਦੀ ਨਹੀਂ ਆ ਕੱਲ੍ਹ ਸਾਡੇ ਘਰ ਸ਼ਗਨ ਲਾਉਣਾ ਕੋਈ ਗੱਲ ਨਹੀਂ ਕੀਤੀ ਅਸੀਂ ਸ਼ਗਨ ਦਿੱਤਾ ਕੋਈ ਇਹੋ ਜਿਹੀ ਗੱਲਬਾਤ ਵੀ ਜਿਹੜੀ ਅੱਜ ਸਾਡੇ ਨਾਲ ਕਰਨ ਡੇ ਅੱਜ ਲਾਵਾਂ ਕੰਡ ਤਾਂ ਸਾਡੇ ਭੰਜ ਨਹੀਂ ਕਰਨ ਡੇ ਲਾਵਾਂ ਕੀਤੀਆਂ ਗਈਆਂ ਕਿ ਨਹੀਂ ਕੀਤੀਆਂ ਗਈਆਂ ਨਹੀਂ ਕੀਤੀਆਂ ਗਈਆਂ ਲਾਵਾਂ ਤਾਂ ਬਿਠਾ ਲਿਆ ਨਾ ਜਦੋਂ ਕੱਲ੍ਹ ਸ਼ਗਨ ਲਾਉਣ ਤੁਸੀਂ ਤੁਹਾਡੇ ਆਏ ਆ ਉਦੋਂ ਮੁੰਡਾ ਤੁਰ ਫਿਰ ਕਿਹਨੇ ਵਿਖਾਇਆ
ਫਿਰਿਆ ਜੀ ਫਿਰਿਆ ਜੀ ਮਹਾਰਾਜ ਝੂਲੇ ਤੇ ਥੋੜਾ ਕੋ ਵੀਲ ਚੇਅਰ ਤੇ ਥੋੜਾ ਹੀ ਤੁਰ ਕੇ ਗਿਆ ਜੀ ਸ਼ਗਨ ਲਵਾਉਣ ਪਤਾ ਲੱਗਾ ਪਤਾ ਲੱਗਾ ਘਰ ਚ ਪਹਿਲਾਂ ਵੀ ਆਉਂ ਜਾਂਦਾ ਕੁੜੀ ਦਾ ਮਿਲ ਜਿਹੜਾ ਹੈਗਾ ਜੀ ਇਹੋ ਜੀ ਗੱਲ ਹੈਗੀ ਨਹੀਂ ਜੀ ਕੁੜੀ ਉਸ ਤਰ੍ਹਾਂ ਆਈ ਸਾਡੇ ਘਰੇ ਵਿਖਾਲਣ ਲਿਆਏ ਵਿਖਾਲਣ ਲਿਆਏ ਹਾਂਜੀ ਇਹਨਾਂ ਵਿਖਾਇਆ ਮੁੰਡਾ ਕੁੜੀ ਨੂੰ ਵਿਖਾਇਆ ਜੀ ਹਾਂਜੀ ਕੁੜੀ ਨੇ ਸਹਿਮਤੀ ਭਰੀ ਪੂਰੀ ਗਵਾਹੀ ਭਰੀ ਹੈ ਤੇ ਠੀਕ ਹੈ ਇਹਨਾਂ ਦੀ ਗਵਾਹੀ ਨਾ ਫੇਰ ਹੋਇਆ ਕਿੰਨੇ ਦਿਨਾਂ ਚ ਵਿਆਹ ਰੱਖਿਆ ਤੁਸੀਂ ਜਿਹੜਾ ਲੱਕ ਭੱਗ ਗਏ ਅਸੀਂ 8 ਦਿਨਾਂ ਚ ਅੱਠਾਂ ਦਿਨਾਂ ਵਿਆਹ ਅੱਛਾ ਦੋਵੇਂ ਪਰਿਵਾਰ ਸਹਿਮਤੀ ਨਾਲ ਮਿਲਣਾ ਪੂਰੇ ਸਹਿਮਤੀ ਦੇ ਨਾਲ ਅੱਜ ਇਹਦਾ ਰੌਲਾ ਵਿਆਹ ਫਿਰ ਕਿਉਂ ਪਿਆ ਜੀ ਅੱਜ ਇਹ ਕਹਿੰਦੇ ਵੀ ਮੁੰਡੇ ਨੂੰ ਪੌੜੀਆਂ ਚੜਾਉਂਦੇ ਸੀ ਮੁੰਡਾ ਅੱਗੇ ਗਰਮੀ ਨਾਲ ਘਾਬਰ ਹੱਥ ਫੜ ਕੇ ਕਾਤੋਂ ਲੰਘਾਇਆ ਮੁੰਡੇ ਨੂੰ ਪੌੜੀਆਂ ਗੱਤ ਚੜਾਇਆ ਦੂਸਰੀ ਮੰਜ਼ਲ ਤੇ ਲਾਵਾਂ ਮੁੰਡਾ ਕਿੱਥੇ ਆ ਗਏ ਆਹ ਵਕਤ ਮੁੰਡਾ ਅੰਦਰ ਆ ਜੀ ਉਹ ਸਹੀ ਤਾਂ ਤੁਰਦਾ ਹਾਂਜੀ ਜੀ ਬੱਬ ਚੁੱਕਦਾ ਜੀ ਉਧਰ ਥਾਣਾ ਸਦਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬਣਦੀ ਕਾਰਵਾਈ ਕਰਨ ਦੀ ਵੀ ਗੱਲ ਕਹਿ ਰਹੀ ਹੈ ਦੇਖੋ ਲੜਕੀ ਹੈ ਅਮਰਜੀਤ ਕੌਰ ਕਰਿਆਲੇ ਦੀ ਉਹਦੀ ਮੰਗਣੀ ਹੋਈ ਸੁਖਚੈਨ ਸਿੰਘ ਵਾਸੀ ਜੋਧਪੁਰ ਨਾਲ ਜੋ ਅੱਜ ਇਹਨਾਂ ਦਾ ਵਿਆਹ ਰੱਖਿਆ ਸੀ ਗੁਰਦੁਆਰਾ ਸਾਹਿਬ ਵਿੱਚ ਫੇਰੇ ਹੋਣ ਲੱਗੇ ਸੀ ਦੋਵਾਂ ਪਰਿਵਾਰਾਂ ਦੀ ਕਿਸੇ ਗੱਲੋਂ ਅਣਬਣ ਹੋ ਗਈ ਹੈ ਅਤੇ ਜਿਹੜਾ ਦੋ ਪਰਿਵਾਰਾਂ ਨੇ ਦਰਖਾਸਤਾਂ ਦਿੱਤੀਆਂ ਵਾ ਅਤੇ ਜਿਹੜਾ ਇਹਨਾਂ ਦੋ ਪਰਿਵਾਰਾਂ ਦੀ ਦਰਿਆਫਤ ਚੱਲ ਰਹੀ ਹੈ ਅਤੇ ਦਰਿਆਫਤ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਦੋਵੇਂ ਪਰਿਵਾਰ ਸਾਡੇ ਕੋਲ ਹਾਜ਼ਰ ਆ ਆਪਸ ਵਿੱਚ ਗੱਲਬਾਤ ਕਰ ਰਹੇ ਫੈਸਲਾ ਕਰ ਰਹੇ ਇਹ ਮੁੰਡਾ ਕੁੜੀ ਇੱਥੇ ਆ ਕੇ ਤੁਸੀਂ ਲਾਵਾਂ ਵਾਲੇ ਮੁੰਡਾ ਕੁੜੀ ਦੋਨੋਂ ਹਾਜ਼ਰ ਹੋ ਗਏ ਥਾਣੇ ਜੀ ਚਲੋ ਮੁੰਡਾ ਜਿੱਦਾਂ ਸ਼ਕਮ ਤੋਂ ਜਾਪਦਾ ਹੀ ਹੈ ਵੀ ਥੋੜ੍ਹਾ ਜਿਹਾ ਸੁਧਾਰਨੇ ਆ ਅਤੇ ਪਰ ਜੋ ਦੋਵੇਂ ਪਰਿਵਾਰ ਨੇ ਆਪਸੀ ਸਹਿਮਤੀ ਦੌਰਾਨ ਹੀ ਰਿਸ਼ਤਾ ਕੀਤਾ ਵਾ ਇਹਨਾਂ ਦੀ ਜੋ ਵੀ ਗੱਲ ਸਾਹਮਣੇ ਆ ਉਹ ਅਗਲੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਇਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਆਖਰ ਕਸੂਰਵਾਰ ਕੌਣ ਸੀ ਲੜਕੇ ਵਾਲੇ ਜਾਂ ਫਿਰ ਲੜਕੀ ਵਾਲੇ ਜਾਂਚ ਤੋਂ ਇਹ ਬਿਲਕੁਲ ਸਾਫ਼ ਹੋ ਜਾਵੇਗਾ ਤੇ ਦੋਵਾਂ ਪਰਿਵਾਰਾਂ ਦੇ ਵਿੱਚੋਂ ਕਿਸ ਦੀ ਗਲਤੀ ਹੈ ਤਰਨ ਤਾਰਨ ਤੋਂ ਦਰਸ਼ਨ ਸੰਧੂ ਦੀ ਰਿਪੋਰਟ